ਮਧਾਣੀਆਂ ਹਾਇਓ ਮੇਰੇ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ ਜਿਸ ਘਰ ਵਿੱਚ ਵੀ ਧੀ ਐ ਹੁੰਦੀ ਉਸ ਘਰ 'ਚ ਹਮੇਸ਼ਾ ਤੋਂ ਪੈਂਦੀ ਆਈ ਆ ਇਹ ਲੋਕ ਬੋਲੀ ਉਹ ਮੇਰਾ ਸਿਰ ਝੁਕਦਾ ਹਰ ਉਸ ਧੀ ਅੱਗੇ ਜਿਹੜੀ ਬਹਿ ਕੇ ਡੋਲੀ ਦੇ ਵਿੱਚ ਵੀ ਕਦੇ ਨਹੀਂ ਡੋਲੀ ਜਿਹੜੀ ਬਹਿ ਕੇ ਡੋਲੀ ਦੇ ਵਿੱਚ ਵੀ ਕਦੇ ਨਹੀਂ ਡੋਲੀ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਪਤਾ ਨਹੀਂ ਕਿੰਨੀਆਂ ਕੁ ਧੀ ਰਾਣੀਆਂ ਇਹ ਗੱਲ ਸਹਿ ਤੇ ਕਹਿ ਗਈਆਂ ਮੈਨੂੰ ਤਾਂ ਇਹ ਕਹਾਵਤ ਪਿੱਛੇ ਵੀ ਜ਼ਮਾਨੇ ਦਾ ਹੀ ਹੱਥ ਲੱਗਦਾ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜ਼ਮਾਨੇ ਵਾਲੇ ਸ਼ਾਇਦ ਬਾਬਲ ਘਰੇ ਗੁੱਡੀਆਂ ਤਾਂ ਛਡਾਉਂਦੇ ਨੇ ਕਿਉਂਕਿ ਇੱਕ ਕੁੜੀ ਨੂੰ ਸਹੁਰੇ ਘਰ ਜਾ ਕੇ ਗੁੱਡੀਆਂ ਨਾਲ ਖੇਡਣ ਦਾ ਕੋਈ ਹੱਕ ਨਹੀਂ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲੇ ਅਸਾਂ ਉੱਡ ਜਾਣਾ ਇੱਕ ਆਲਣੇ 'ਚ ਰਹਿ ਕੇ 20-25 ਸਾਲ ਆਪਣੇ ਟੱਬਰ ਨਾਲ ਕੁੜੀ ਦੇ ਮਨ ਵਿੱਚ ਤਾਂ ਜ਼ਰੂਰ ਆਉਂਦਾ ਹੋਵੇ ਸਵਾਲ ਵੀ ਮੈਂ ਹੀ ਕਿਉਂ ਉੱਡਣਾ ਪਰਾਇਆਂ ਨਾਲ ਇਹ ਸੋਚ ਸੋਚ ਸਵਾਲ ਪਤਾ ਨਹੀਂ ਅੰਦਰੋਂ ਅੰਦਰੀ ਕਿੰਨੀ ਵਾਰੀ ਉਹ ਚੰਦਰੀ ਆਪੇ ਰੋਲੀ ਉਹ ਮੇਰਾ ਸਿਰ ਝੁਕਦਾ ਹਰ ਉਸ ਧੀ ਅੱਗੇ ਜਿਹੜੀ ਬਹਿ ਕੇ ਵਿੱਚ ਡੋਲੀ ਦੇ ਵੀ ਕਦੇ ਨਹੀਂ ਡੋਲੀ ਕੁੜੀਏ ਸਬਜ਼ੀ ਬਣਾਉਣੀ ਸਿੱਖ ਲਾ ਕੱਪੜੇ ਧੋਣੇ ਸਿੱਖ ਲਾ ਰੋਟੀ ਪਕਾਉਣੀ ਸਿੱਖ ਲਾ ਕਰਨੀ ਸਫਾਈ ਨਹੀਂ ਤਾਂ ਤੇਰੇ ਸਹੁਰੇ ਵਾਲੇ ਕੀ ਕਹਿਣਗੇ ਕੁੜੀ ਦੇ ਘਰਦਿਆਂ ਨੇ ਕੁੜੀ ਨੂੰ ਕੋਈ ਵੀ ਚੱਜ ਦੀ ਚੀਜ਼ ਨਹੀਂ ਸਿਖਾਈ ਧੀ ਸੋਚਦੀ ਤਾਂ ਹੋ ਵੀ ਮੈਂ ਤਾਂ ਇੰਨੀ ਕੀਤੀ ਆ ਪੜ੍ਹਾਈ ਪ੍ਰੋਫੈਸ਼ਨਲ ਨੌਕਰੀ 'ਤੇ ਲੱਗੀ ਹਾਂ ਚੰਗੀ ਭਲੀ ਆ ਮੇਰੀ ਇੰਡੀਵਿਜੁਅਲ ਦੀ ਕਮਾਈ ਕੀ ਮੇਰੀ ਪੜ੍ਹਾਈ ਲਿਖਾਈ ਅਤੇ ਕਮਾਈ ਸਮਾਜ ਦੀਆਂ ਚੱਜ ਦੀਆਂ ਚੀਜ਼ਾਂ ਦੀ ਲਿਸਟ 'ਚ ਨਹੀਂ ਆਈ ਤਕੜੀ ਘਰ ਦੇ ਕੰਮ ਵਾਲੀ ਅਮੂਮਨ ਜਾਂਦੀ ਪੜ੍ਹਾਈ ਲਿਖਾਈ ਦੀ ਤੱਕੜੀ ਨਾਲ ਉਹ ਭਾਰੀ ਤੋਲੀ ਉਹ ਮੇਰਾ ਸਿਰ ਝੁਕਦਾ ਹਰ ਉਸ ਧੀ ਅੱਗੇ ਜਿਹੜੀ ਫੇਰ ਵੀ ਬਹਿ ਕੇ ਵਿੱਚ ਡੋਲੀ ਦੇ ਕਦੇ ਨਹੀਂ ਡੋਲੀ ਧੀ ਬਾਪ ਦੇ ਸਿਰ ਦਾ ਤਾਜ ਤੇ ਕਰਦੀ ਬਾਬਲ ਦੇ ਵਿਹੜੇ ਰਾਜ ਇਸ ਕਹਾਵਤ ਨੂੰ ਥੋੜਾ ਕਰਨਾ ਪਊ ਮੋਡੀਫਾਈ ਜਿਸ ਦਿਨ ਆਪਾਂ ਕਹਿਣ ਲੱਗ ਗਏ ਧੀ ਬਾਪ ਤੇ ਸਹੁਰੇ ਦੇ ਸਿਰ ਦਾ ਤਾਜ ਤਾਂ ਮੈਂ ਸਮਝੂ ਵੀ ਜ਼ਮਾਨੇ ਨੂੰ ਮੇਰੀ ਇਸ ਗੱਲ ਦੀ ਸਮਝ ਆਈ ਅੱਜ ਆ ਮੰਨੇ ਆਪਣੀ ਧੀ ਦਾ ਖਿਆਲ ਕਰਕੇ ਤੇਗ ਦਾ ਖਿਆਲ ਕਰਕੇ ਇੱਕ ਗੁੰਝਲੇ ਹੋਏ ਵਿਚਾਰਾਂ ਦੀ ਪੁਠਲੀ ਆ ਖੋਲੀ ਉਹ ਮੇਰਾ ਸਿਰ ਝੁਕਦਾ ਹਰ ਉਸ ਧੀ ਅੱਗੇ ਜਿਹੜੀ ਬਹਿ ਕੇ ਵਿੱਚ ਡੋਲੀ ਦੇ ਵੀ ਕਦੇ ਨਹੀਂ ਡੋਲੀ ਜਿਹੜੀ ਬਹਿ ਕੇ ਵਿੱਚ ਡੋਲੀ ਦੇ ਵੀ ਕਦੇ ਨਹੀਂ ਡੋਲੀ ਮੈਂ ਆਸ ਕਰਦਾ ਵੀ ਇਸ ਵੀਡੀਓ ਨੂੰ ਮੇਰੇ ਵੀਰ ਸ਼ੇਅਰ ਕਰਨਗੇ ਐਜ ਅ ਸਾਈਨ ਆਫ ਰਿਸਪੈਕਟ ਬਾਈ ਟੈਗਿੰਗ ਯੋਰ ਲਾਈਫ ਪਾਰਟਨਰਸ ਆਪਣੀ ਲਾਈਫ ਪਾਰਟਨਰ ਨੂੰ ਟੈਗ ਕਰਕੇ ਸੁਣਾਇਓ ਦਿਖਾਇਓ ਜ਼ਰੂਰ